घर गिरो, आलू घर गिरो, बाटे घर गिरो, ओ सब्जियां ला दिए, चुरकी सब्जियां ला, चुरकी। सब्जी वाले चाचे रुक जरा। हाय मेरे को चाचा बड़ा ही करिए लख लाना तो चुर गया मैं की बता जी गोभी आलू मटर बाद गोभी शिमला मिर्च टिंडे तूरिया खीरे बाल्टे जी तुम तो कैसे चाहिए मेरे भरा अंदर इंतजार कर रहे ने बदतमीजी कर दे ए लग लग गोभी गेर हां आ शापर गैर बुक वाल शापर गैर दा वाले था ए पोछने पाई वाल पोछने हां इतने पैसे ओए होए ओ पैसे सिर्फ 60 रुपया चल मेरे को सुबह ले कोई काल नहीं पैसे कह तो परेशान न थी ओ मैं नहीं पूरी सब्जी वाली रेड़ी ते दिए ओ तेरे को मैं पैसे की ना लख लाना ते सियाना दा खान है घर डैन छोड़ दिए ओ जड़े इनी सब्जी दे पैसे मैं कहीं होर दी बेड़ी पुड़े सा इने को तू पैसे दी आप दी गाल चुरकिया छू सोणिए ओए एक बार रेड़े तू बर्बाद थी गया हर वेले पंचर ओ गुलाब वो आखाई कि मेरे वास्ते मेथरी घेना वे बाकी भावे सब्जी में वेचा ना वेचा ओ गुलाब को ना मेथरी खावे ना हाय ओ मेरी गुलाब ओ चुटकी हाय ओ चुटकी तेरी नौकरी करे सी ओ गुलाब ओ तेरे बा तू जान भरे सी ए गुलाब ओ खीरे कोई गल नहीं कल दे एक काल की था हाँ। चलो कोई गाल नहीं ठीक है ठीक ठीक चुरकिया भावे ते पैसे देवे ना तू तो खुश थी करे ए देख के पोडर मुंह ते जड़ा थप्पी खड़ी है भावे बिच्चू काली हो गए चलो काल तक लग गए थी चलो चुरकिया समझ नहीं आ रही सब्जियां तो सब्जियां साढ़े घर आ रही हैं ना तेरे कोल पैसे ना मेरे कोल पैसे ये किधू आ रही है हैं बस तन रोटी लभदी पई है ना अच्छा रोटी लभदी पई आज मेरा दिल बड़ा सी मेथी थे अच्छा तो डब्बी सिकटा दी पुत्र आनी चाहिए चलो कल तो आया करेंगे अब्बू जी अच्छा हां जी जाओ पकाओ तेरे हुक्म के मुताबिक खीरे तो मैं मूलियां गहना आया चल चुरकिया चल आज मैं पैसे गहन के वैसा गुलाब हो चलो हाँ तो मेरी सब्जी की रेड़ी बेच बेक वैसी नहीं नहीं जी जी हाँ तुम्हारे हुक्म के मुताबिक एक खीरे ते ए मूली आओ जी ए नगर लिया ए है हे सोना पिछला 200 रुपया थी गया जी अच्छा इदा कर आज मैं बिल भरना है ते 1000 रुपया दे दे कल 1200 रुपया ले आगे मैं पिछो सबसे बड़े जो उधार कर आया उनक में पैसे फाद ले तू मेर बाली का 200 चाव मैं बिल भरना है 1000 रुपया दे दूंगा अच्छा एला मेर बार के हे गाल से दास तेरी शादी थाई हुई है नहीं तू कुआरी है हाँ। चुरकी भी कुआर है कोई गाल नहीं
ਉਹਨੇ ਆਖਿਆ ਕਿ ਜੋੜ ਕਾਦਵੀ ਬਰਾਬਰ ਤੈਨੂੰ ਹੈ ਵੀ ਕੁਆਰੇ ਕੋਈ ਗੱਲ ਨਹੀਂ ਅਗਰ ਕਿਸੇ ਟਾਈਮ ਤੁਸਾਂ ਨਹੀਂ ਆਉਂਦੇ ਇੰਨੇ ਮੈਨੂੰ ਸਫ਼ਰ ਪਾਉਂਦੇ ਮੈਂ ਤੁਹਾਨੂੰ ਕਿਹੜੀ ਸ਼ਾਇਦ ਸਬਜ਼ੀ ਚਾਹੀਦੀ ਹੈ ਤੁਸੀਂ ਵੇਖੋ ਆਪਣਾ ਨੰਬਰ ਦੱਸੋ ਜਾ ਅਤੇ ਮੈਂ ਫੋਨ ਕਰਕੇ ਤੁਹਾਡੇ ਕੋਲ ਪਹੁੰਚ ਕੇ ਦੱਸਾਂ ਵੀ ਕਿਹੜੀ ਸਬਜ਼ੀ ਚਾਹੀਦੀ ਹੈ ਨੰਬਰ ਤਾਂ ਮੈਂ ਤੈਨੂੰ ਦੇ ਦਿੰਦੀ ਲੇਕਿਨ ਮੇਰਾ ਮੋਬਾਈਲ ਕੋਈ ਨਹੀਂ ਹੈ ਉਹ ਪਰੇਸ਼ਾਨ ਕਿਉਂ ਸੀ ਉਹਨਾਂ ਅੱਗੇ ਸਜਣਾ ਦੇ ਹੋਦੇ ਹੋਏ ਪਰੇਸ਼ਾਨ ਨਹੀਂ ਤੀ ਦਾ ਉਹ ਚੁਰਕੀ ਕਦਰ ਕਾ ਪਾ ਸੀ ਇਹ ਫਾਦ ਮੋਬਾਈਲ ਇਹਨੇ ਹਾਲ ਦਾ ਸੇਮ ਕਹਿ ਨਹੀਂ ਪਾਤੀ ਤੂੰ ਆਪਣੀ ਸੇਮ ਪਾ ਠੀਕ ਹੈ ਜੇ ਮੈਂ ਕੱਲ ਆ ਸਾਂ ਤੂੰ ਮੈਨੂੰ ਨੰਬਰ ਦੇ ਮੈਂ ਫਾਦ ਮੋਬਾਈਲ ਕੋਈ ਗੱਲ ਨਹੀਂ ਕੱਲ ਨੰਬਰ ਲਓ ਉਹ ਤੂੰ ਹੁਕਮ ਤੇ ਕਰ ਮੇਰੀ ਜਾਨ ਫਸ ਗਈ ਫਸ ਗਈ ਹੋਰ ਇਹਦਾ ਵਟਸਐਪ ਦਾ ਨੰਬਰ ਕਿੱਥੋਂ ਮੋਬਾਈਲ ਮੋਬਾਈਲ ਕੇ ਬਟਨਾਂ ਘੇਰ ਕਿੱਥੋਂ ਇਹ ਮੇਰੀ ਬੇੜੀ ਬੋੜੀ ਹੈ ਮੈਂ ਕਹੀ ਮੇਰੀ ਬੇੜੀ ਬੋੜੀ ਦਾ ਸਭ ਦੀ ਹੈ ਜੋ ਚੱਲ ਚੁੱਕੀ ਪੋਤਰੋ ਤੂੰ ਇਹ ਜਵਾਈ ਨਾ ਜਾ ਜਿਆ ਮੇਰੇ ਰੰਗਾ ਸਹੁਰਾ ਤੇ ਲੱਭਣਾ ਕਿਦਾ ਹੀ ਨਹੀਂ ਨਹੀਂ ਲੱਭਣਾ ਮੈਨੂੰ ਉਹ ਕਰਦੀ ਤੂੰ ਆਇਆ ਬੈਠਾ ਜਿਆ ਮੈਂ ਮੈਂ ਟੋਰ ਕੇ ਦਿਓ ਮੈਂ ਘਰ ਲੈ ਜਾ ਜਿਆ ਅੱਜ ਕੱਲ੍ਹ ਹਾਲਾਤ ਬੜੇ ਖਰਾਬ ਹਨ ਜਿਆ ਕੁਛ ਦਿਨ ਦਾ ਤੁਸੀਂ ਇਹਨੂੰ ਨਾ ਲੈ ਜਾਓ ਇੱਥੇ ਇੱਥੇ ਕਿਆ ਕਰੇ ਸੀ ਤੂੰ ਵੇਲਾ ਪੀਆਂ ਮਾਮਾ ਮੇਰੇ ਰਲੇ ਚੱਲ ਅੱਜ ਕੱਲ੍ਹ ਸੀਜ਼ਨ ਹੈ ਚੁੱਕਣੇ ਨਹੀਂ ਕਰੇ ਸੱਤ ਅੱਠ ਸੌ ਰੁਪਏ ਤੇਰੀ ਦਿਹਾੜੀ ਮੁਫ਼ਤ ਦੀ ਪੜਵਾ ਸੀ ਉਹ ਕਿਹੜਾ ਤੇਰਾ ਪੋਤਰ ਵਾਦੇ ਅੱਟੇ ਵਾਲਾ ਡਰੰਮ ਮਨੂਸ ਉਹ ਕੋ ਗੇਨਾ ਮਰੋ ਤੁਸੀਂ ਦੂਏ ਜਣੇ ਅਗਰ ਚੁੱਕਨੈਜ਼ਰ ਹੋਵੋ ਆਲਾ ਦਰਜੇ ਦੇ ਅਫੀਸਰ ਹਨ ਚੁੱਕਨੈਜ਼ਰ ਉਹ ਚੁੱਕਨੈਜ਼ਰੀ ਕਰੋ ਲੱਖ ਲਾਰਤ ਉਲਤ ਤੇ ਤੇਰੇ ਦੀ ਨਾ ਮੈਂ ਹੁਣ ਹੇਟ ਪੈਸੇ ਚੁੜਾ ਮੇਰੀ ਇੱਜ਼ਤ ਹੈ ਮੇਰੀ ਪਰਸਨੈਲਿਟੀ ਹੈ ਕਿਹੜੀ ਤੇਰੀ ਪਰਸਨੈਲਿਟੀ ਹੈ ਤੂੰ ਮਾਮਾ ਚੁੱਪ ਕਰ ਦੇ ਵਦਰ ਕਹਿ ਕੀ ਪਤਾ ਲੱਗਦੀ ਚਮਕੀਲੇ ਦਾ ਕੀ ਲੱਗਦਾ ਮਾਮਾ ਮੈਨੂੰ ਨਹੀਂ ਪਤਾ ਮੈਂ ਤੈਨੂੰ ਆਦਾ ਪਿਆ ਅਸਾਂ ਘਰ ਚਲੇ ਜਾਵਣਾ ਬਾਕੀ ਮੈਂ ਹੁਣ ਉਹਨੂੰ ਅਸਾਂ ਵੈਂਦੇ ਪੈਂਦੇ ਨਾ ਬਾਜ਼ਾਰ ਠੀਕ ਹੈ ਮੈਂ ਉਹਨੂੰ ਲੈ ਆਵਾਂ ਸਰਕਾਰ ਮੇਰਾ ਮਾਂ ਪਿਓ ਮੈਨੂੰ ਬੰਦੇ ਕੱਢੀ ਖੜੇ ਉੱਤੇ ਪਕਾਉਣ ਵਾਲਾ ਕੋਈ ਕਹਿ ਨਹੀਂ ਪਰ ਉੱਥੋਂ ਲੈ ਕੇ ਪਰ ਹੋ ਜਾਵੀ ਹਾਂ ਘਰ ਲੈ ਆਵੀ ਆ ਸੁ ਮਾਮਾ ਟੈਨਸ਼ਨ ਨਾ ਲੈ ਮਾਮਾ ਕੀ ਹੋ ਜੇ ਤੇਰਾ ਰੰਗ ਮੈਨੂੰ ਲੱਗਦਾ ਜਾਂ ਤਾਂ ਤੂੰ ਪਾ ਕੇ ਲਾਉਣ ਵਾਲਾ ਜਾਂ ਤੂੰ ਫੌਕ ਆਉਣ ਵਾਲਾ ਮੈਂ ਵੈਂਦਾ ਪਿਆ ਬਾਜ਼ਾਰ ਠੀਕ ਹੈ ਬਾਜ਼ਾਰ ਲੈ ਕੇ ਜਾਓ ਕੱਲ ਆ ਮੈਨੂੰ ਕੰਮ ਤੇ ਜਾਣਾ ਪੜਨਾ ਤੇ ਮੇਰੇ ਦੋਵੇਂ ਪੁੱਤਰਾਂ ਨੂੰ ਕਮਾਲ ਹੋ ਗਈ ਅੱਜ ਸਬਜ਼ੀ ਨਹੀਂ ਸੀ ਮੰਗਵਾਈ ਚਲੋ ਪੈਸੇ ਤਾਂ ਖਿੰਦਾ ਗੁਲਾਬੋ ਉਹ ਬਾਹਰ ਨਿਕਲ ਗੁਲਾਬਾ ਫੋਨ ਥੀ ਗਈ ਆਦੀ ਨਹੀਂ ਪਾਈ ਕੋਈ ਗੱਲ ਨਹੀਂ ਉਹ ਕੱਲੀ ਤੇ ਘਰ ਚ ਹੁੰਦੀ ਏ ਮੈਂ ਆਪ ਅੰਦਰ ਲੱਗਾ ਬਣਾ ਚੱਲ ਚੁਰ ਗਿਆ ਚੱਲ ਇਹ ਸੁੱਤੀ ਪਈ ਏ ਚੁਰ ਗਿਆ ਅੱਜ ਤੇ ਲੱਭੀਆਂ ਤਾੜ ਕੇ ਸੁੱਤੀ ਪਈ ਏ ਉਹ ਚੁਰਕੀ ਬਾਹਰ ਵਧੇ ਬਹੁਤਾ ਜਲਦੀ ਉਠਾ ਗਈ ਨਾ ਉਹ ਮੇਰੀ ਗੁਲਾਬੋ ਉਹ ਮੇਰੀ ਗੁਲਾਬੋ ਉਹ ਮੇਰੀ ਗੁਲਾਬੋ ਕਿਵੇਂ ਆਇਆ ਬਗੈਰ ਪੁੱਛੇ ਇਜਾਜ਼ਤ ਦੇ ਮੇਰੇ ਘਰ ਤੂੰ ਕਿਵੇਂ ਆਇਆ ਗਾ ਲੜਦਾ ਬੱਚਾ ਇਹਦਾ ਹੈ ਉਹ ਚਾਚਾ ਉਹ ਚਾਚਾ ਮੇਰੀ ਗਾਲ ਤਾਂ ਸੁਣ ਗਏ ਨਾ ਅੱਜ ਤੂੰ ਛੁੜੇ ਸੀ ਨਾ ਮੈਂ ਗਾਲ ਕਰੇਗਾ ਉਹ ਚਾਚਾ ਮਾਇਆ ਸਬਜ਼ੀ ਵਾਲਾ ਅੱਛਾ ਤੇ ਮੇਰੇ ਕੋ ਆਖਾ ਹੈ ਉਹਨਾਂ ਸਿਰਗੜ ਦੀ ਡੱਬੀ ਖੇਨਾ ਵੇ ਉਹ ਮੈਂ ਸਿਰਗੜ ਦੀ ਡੱਬੀ ਖੇਨ ਕੇ ਆਇਆ ਸ਼ਾਬਾਸ਼ ਪੁੱਤਰਾ ਸ਼ਾਬਾਸ਼ ਉਹ ਕਿਦੇ ਗਈ ਹੈ ਗੁਲਾਬੋ ਗੁਲਾਬੋ ਮੇਰਾ ਪੁੱਤਰ ਉਹਦਾ ਘਰ ਵਾਲਾ ਆਇਆ ਉਹ ਲੈ ਕੇ ਚਲਾ ਗਿਆ ਹਾਏ ਹਾਂ ਉਹ ਕਿਹੜਾ ਘਰ ਵਾਲਾ ਉਹ ਤਾਂ ਆਦੀ ਮੈਂ ਕੁਆਰੀ ਆ ਗਲਤ ਸ਼ਾਦੀ ਸ਼ੁਦਾ ਹੈ ਹਾਂ ਸ਼ਾਦੀ ਸ਼ੁਦਾ ਹੈ ਤੇ ਮੇਰੇ ਕੋ ਕਿਉਂ ਨਹੀਂ ਸੀ ਦੱਸਾ ਇਹਦਾ ਸ਼ਾਦੀ ਸ਼ੁਦਾ ਹੈ ਬੱਚਾ ਉਹਦਾ ਨਹੀਂ ਹੋਇਆ ਹਾਲੀ ਵਾਲ ਇਸ ਤਰ੍ਹਾਂ ਕਰੋ ਉਹ ਜਿਹੜੀ ਸਬਜ਼ੀ ਗਿੰਦੀ ਰਹਿ ਗਈ ਹੈ 865 ਰੁਪਏ ਬਣਦੇ ਨੇ 865 ਰੁਪਏ ਮੈਂ ਗੁੜੋ ਓਏ ਦੁਨੀਆ ਦੁਨੀਆ ਦੇ ਮਾਲ ਖਾ ਗਈ ਹੈ ਤੇਰੇ ਸਬਜ਼ੀ ਤੇ ਹਰ ਚੀਜ਼ ਚਖੀ ਗਈ ਚਖੀ ਅੱਜ ਮੇਰੀ ਸਿਰਗੜ ਦੀ ਡੱਬੀ ਓਏ ਬਕਵਾਸ ਨਾ ਕਰ ਮੈਂ ਸਿਰਗੜ ਕਿਦੋਂ ਪੀਸਾਂ ਮੈਨੂੰ ਹੁਣ ਪਤਾ ਲੱਗਾ ਇਹ ਪਿਆ ਕਿਹੜਾ ਤੁਹਾਡੇ ਘਰ ਦਾ ਪੂਰਾ ਰਾਸ਼ਨ ਚਲਾਈ ਬੈਠਾ ਹੈ ਮੈਨੂੰ ਪਹਿਲੇ ਮੁਹੱਲੇ ਵਾਲਾ ਦੋ ਤਰੇ ਬੰਦਾ ਫੋਨ ਕੀਤਾ ਹੈ ਆਪਣੀ ਛੇਰ ਦੀ ਕਮਾਈ ਖਾਂਦੇ ਪੈਣ ਅੱਜ ਤੋਂ ਬਾਅਦ
ਇਹਨੂੰ ਮੈਂ ਇੱਥੇ ਆਉਣ ਹੀ ਨਹੀਂ ਦੇਵਣਾ ਮੈਂ ਕੋ ਹੁਣ ਤੁਹਾਡੀ ਔਕਾਤ ਦਾ ਪਤਾ ਲੱਗਾ ਇਹ ਬੰਦਾ ਦੇ ਓ ਮੇਰੀ ਗਾਂ ਸੁਣ ਠੰਡੂਆ ਮੇਰੀ ਗਾਂ ਸੁਣ ਇਹ ਦੱਸ ਇਹ ਜਿਹੜਾ ਮੋਬਾਈਲ ਹੱਥ 'ਚ ਫੜੀ ਖੜੇ ਇਹ ਤੇ ਕੋ ਪਤਾ ਹੈ ਮੋਬਾਈਲ ਕਹਿੰਦਾ ਹੈ ਕਹਿੰਦਾ ਮੇਰੀ ਸਵਾਣੀ ਮੈਂ ਕੁੜੀਤਾ ਓਏ ਮੋਬਾਈਲ ਮੇਰਾ ਮੇ ਕੁੜੇ ਆਣਾ ਹੈ ਹੁਣ ਮੇਰਾ ਮੈਂ ਰੱਖੇ ਸਾਂ ਵੱਡਾ ਤੂੰ ਆ ਗਿਆ ਨਿਕਲ ਬਾਹਰ ਓ ਮੈਂ ਗੁਰੂ ਦਾ ਮੇਰਾ ਮੋਬਾਈਲ ਦੇ ਮੈਂ ਤੇਰੇ ਮੂੰਹ ਤੇ ਮਾਰਨਾ ਮਾਰੋ ਮਾਰੋ ਕੱਢੋ ਇਹਨੂੰ ਓ ਤੈਨੂੰ ਹੀ ਕਹਿ ਨਹੀਂ ਪਤਾ ਓਏ ਮੈਂ ਤੇਰੇ ਪਿਓਵਾ ਸੌਰਾ ਬਕਵਾਸ ਕਿਉਂ ਕਰੇਦਾ ਮੈਡੇ ਦਾ ਇੱਕ ਕੈਟੂ ਦੀ ਡੱਬੀ ਤੇ ਇਹਦੀ ਡੱਬੀ ਤੇ ਵੇਖ ਗਈ ਤੂੰ ਤਾਂ ਕਮੀ ਦੀ ਕੋਣੀ ਓ ਗਾਂ ਸੋਣਾ ਠੰਡੂਆ ਮੇਰੀ ਗਾਂ ਸੋਣ ਓ ਡੱਬੀ ਤੇ ਠੀਕ ਹੈ ਵਿੱਕਾ ਖੜੇ ਤੇ ਤੂੰ ਤਾਂ ਮੋਬਾਈਲ ਤੇ ਵਿੱਕਾ ਖੜੇ ਤੂੰ